ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ, ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਅਤੇ ਬੈਲ ਆਈਕਨ 'ਤੇ ਕਲਿੱਕ ਕਰਨਾ ਹੈ, ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਅਤੇ ਸੱਜਣਾਂ ਨੂੰ ਮਿਲਦਾ ਰਹੇ। ਜਿਵੇਂ ਕਿ ਵੀਰਾਂ ਨੂੰ ਪਤਾ ਹੈ ਕਿ ਵੀਰਾਂ ਵਾਸਤੇ ਨੀਲੀ ਦੇ ਬਿਹਤਰੀਨ ਔਰ ਅਨਮੋਲ ਤੋਹਫੇ ਆਪਣਾ ਦੇਸ਼ ਪੰਜਾਬ ਟੀਵੀ ਵੀਰਾਂ ਨੂੰ ਸ਼ੌਕ ਕਰਵਾਉਂਦਾ ਹੈ, ਔਰ ਅੱਜ ਵੀ ਅੱਲਾਹ ਦੇ ਖਾਸ ਫਜ਼ਲ ਕਰਮ ਦੇ ਨਾਲ ਵੀਰਾਂ ਵਾਸਤੇ ਇੱਕ ਨੀਲੀ ਦੀ ਦੂਜਣ ਮੈਂ ਦੀ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਮਾਸ਼ਾਅੱਲਾ, ਅੱਲਾਹ ਦੇ ਫਜ਼ਲ ਕਰਨ ਨਾਲ ਮੈਂ ਦੀ ਕੁਆਲਿਟੀ, ਮੈਂ ਦੀ ਖੂਬਸੂਰਤੀ, ਮੈਂ ਦੀ ਨਸਲ, ਮੈਂ ਦੀ ਜ਼ਾਤ ਔਰ ਮੈਂ ਦਾ ਖਾਨਦਾਨ ਅੱਲਾਹ ਦੇ ਫਜ਼ਲ ਕਰਨ ਨਾਲ ਪੂਰਾ ਵਲੈਤੀ ਹੈ, ਔਰ ਇਨਸ਼ਾਅੱਲਾ ਅੱਜ ਗੱਲਾਂ ਵਲੈਤੀਆਂ ਦੀਆਂ ਆਉਣਗੀਆਂ। ਮੁੱਲ, ਰੇਟ, ਭਾਅ ਔਰ ਮਾਸ਼ਾਅੱਲਾ ਮਰਲੇ ਮਰਲੇ ਦੀ ਵੰਡ 'ਤੇ ਲੱਗਿਆ ਹੋਇਆ ਖੂਬਸੂਰਤ ਥਣ, ਇਸ ਮੱਝ ਨੂੰ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਅੱਲਾਹ ਦੇ ਫਜ਼ਲ ਕਰਮ ਨਾਲ ਇਹ ਜੀਆਂ ਆਮ ਪੈਦਾ ਹੀ ਨਹੀਂ ਹੁੰਦੀਆਂ। ਮੱਝ ਨੂੰ ਸੂਈ ਨੂੰ ਅੱਜ 2 ਦਿਨ ਹੋ ਗਏ ਨੇ ਜਾਂ 3 ਦਿਨ ਹੋ ਗਏ ਨੇ। ਮੈਂ ਤਾਂ ਜਵਾਨੀ, ਮੈਂ ਦਾ ਖੁੱਡਾ, ਮੈਂ ਦਾ ਪੁੱਠਾ, ਖੂਬਸੂਰਤੀ ਔਰ ਮਾਸ਼ਾਅੱਲਾ ਇੱਕ ਤੋਂ ਇੱਕ ਵੱਧ ਅੰਗ ਇਸ ਨੀਲੀ ਦਾ ਇਹਦੇ ਵਿੱਚ ਪਰੋਇਆ। ਅੱਲਾਹ ਪਾਕ ਨੇ ਪਿਛਲੇ ਪੈਰ ਧੋਤੇ ਹੋਏ ਨੇ। ਮਾਸ਼ਾਅੱਲਾ ਬੜਾ ਕਮਾਲਦਾਰ ਖੂਬਸੂਰਤ ਤਈ ਜਾਨਵਰ ਨੀਲੀ ਦਾ ਲੈਣੇ ਦੇਣੇ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਨੇ। ਮੈਂ ਇਹਨੂੰ ਤੁੰਨੀ, ਕੌਲੀ ਔਰ ਕਿਸੇ ਵੀ ਸ਼ਹਿਰ ਦਾ ਅਗਰ ਕੋਈ ਨਿਸ਼ਾਨ ਹੋਵੇ ਅਸੀਂ ਜਨਾਬ ਤਾਬੇਦਾਰ ਹੈ। ਅਗਰ ਮੱਝ ਦੀ ਕੁਆਲਿਟੀ ਦੀ ਗੱਲ ਕਰੀਏ, ਮਾਸ਼ਾਅੱਲਾ ਥੰਮਾਂ ਵਰਗੇ ਇਹਨੂੰ ਪੈਰ ਨੇ, ਔਰ ਪੂਰੀ ਰੱਤ ਪਿੱਤ ਅਤੇ ਜਵਾਨ ਜਨਾਬ ਮੱਝ ਹੈ। ਕਿਸੇ ਕਿਸਮ ਦਾ ਦੁਨੀ ਦਾ ਬੁੱਛ ਦਾ ਨਿਸ਼ਾਨ ਵੀ ਨਹੀਂ ਹੈ। ਔਰ ਮਾਸ਼ਾਅੱਲਾ ਅਗਰ ਅੱਖਾਂ ਦੀ ਗੱਲ ਕਰੀਏ ਤਾਂ ਮੱਝ ਨੂੰ ਅੱਖ ਬਿੱਲੀ ਔਰ ਜਨਾਬ ਬੜੀ ਅਟਰੈਕਟਿਵ ਅੱਖ, ਉਹ ਅੱਖ ਜਿਹੜੀ ਸ਼ਿਕਾਰੀਆਂ ਨੂੰ ਖਿੱਚਦੀ ਹੈ ਟੀਵੀ 'ਤੇ ਬਹਿ ਕੇ ਵੀ, ਔਰ ਅਲਹਮਦੁਲਿਲਾ ਸਾਹਮਣੇ ਆ ਕੇ ਵੀ। ਮੱਝ ਨੂੰ ਵੇਖ ਕੇ ਅਗਰ ਰੂਹ ਰਾਜ਼ੀ ਨਾ ਹੋਵੇ, ਮੱਝ ਦੀ ਬੁੱਥੀ, ਮੱਝ ਦੀ ਸ਼ਕਲ ਵੇਖ ਕੇ ਆਪਣਾ ਆਪ ਯਾਦ ਨਾ ਆਵੇ, ਵੀਡੀਓ ਨੂੰ ਸਕਿੱਪ ਕਰ ਦਿਆ ਜੇ। ਸਿਰ ਕੁੰਡਾ ਉੱਤੋਂ ਜਾ ਕੇ ਜਰਾ ਮੋੜ ਦੀਏ, ਮੱਥੇ 'ਤੇ ਫੁੱਲੀ ਔਰ ਅੱਲਾਹ ਦੇ ਫਜ਼ਲ ਕਰਮ ਨਾਲ ਗਿੱਠ ਗਿੱਠ ਪਸ਼ਮ ਪਿੱਛੇ 'ਤੇ ਕੱਟਾ ਹੈ। 2 ਤੋਂ 3 ਦਿਨ ਜਨਾਬ ਮੱਝ ਸੂਈ ਹੋਈ ਹੈ। ਬੜਾ ਨਾਯਾਬ ਹੀਰਾ ਅੱਜ ਦੀ ਵੀਡੀਓ ਦੇ ਵਿੱਚ ਵੀਰਾਂ ਵਾਸਤੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਔਰ ਜਨਾਬ ਕੈਮਰੇ ਦੀ ਨਿਗਾਹ ਦੇ ਵਿੱਚ ਇੱਕ ਇੱਕ ਅੰਗ, ਇੱਕ ਇੱਕ ਰੇਸ਼ਾ, ਇੱਕ ਇੱਕ ਪਾਸਾ, ਇੱਕ ਇੱਕ ਵਾਲ ਪੂਰਾ ਅਸੀਂ ਤਰੀਕੇ ਨਾਲ, ਖੂਬਸੂਰਤੀ ਨਾਲ ਔਰ ਪੂਰੀ ਮਿਹਨਤ ਨਾਲ ਵੀਰਾਂ ਨੂੰ ਸ਼ੌਕ ਕਰਵਾਉਣੇ ਹੈ। ਮੈਂ ਇਹਨੂੰ ਟੋਰ ਫੇਰ ਕੇ ਵੀ ਵਿਖਾਵਾਂਗੇ। ਕੁਛ ਵੀਰੇ ਗੱਲ ਕਰਦੇ ਨੇ ਕਿ ਨਦੀਮ ਭਾਈ ਮੱਝ ਨੂੰ ਟੋਰ ਕੇ ਨਹੀਂ ਵਿਖਾਇਆ ਸੀ, ਮੱਝ ਦੇ ਹਵਾਨੇ 'ਚ ਮਸਲਾ ਸੀ। ਇਹ ਜਨਾਬ ਬੋਲਾ ਜਨਾਬ ਕੱਟਾ ਹੈ, ਪਿਛਲੇ ਪੈਰ ਇਹਦੇ ਵੀ ਧੋਤੇ ਹੋਏ ਨੇ। ਮਾਸ਼ਾਅੱਲਾ ਕਮਾਲ ਦਾ ਇਹ ਪੀਸ ਹੈ, ਫੁੱਟਵੀਆਂ ਅੰਡਾਂ ਦਾ, ਬੜਾ ਖੂਬਸੂਰਤ, ਬੜਾ ਨਸਲੀ ਸਿਰ ਕੁੰਡਾ। ਔਰ ਜਨਾਬ ਹਾਈ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਹਾਈ ਸਾਹਿਬ ਮੱਝ ਨੂੰ ਨਾ ਜ਼ਰਾ ਟੋਰ ਕੇ ਵੀ ਵਿਖਾਉਣਾ ਹੈ, ਕਿ ਤਾਂ ਕਿ ਮੱਝ ਦੀ ਟੋਰ ਫੇਰ ਬਰੀਕੀਆਂ ਦਾ ਅੰਦਾਜ਼ਾ, ਖੂਬਸੂਰਤੀ ਦਾ ਅੰਦਾਜ਼ਾ ਜਨਾਬ ਸਾਰੀਆਂ ਗੱਲਾਂ ਤੋਂ ਹੋ ਜਾਏ। ਦੁੱਧ ਪੁੱਤਰ ਹੈ ਨਸੀਬ ਦਾ, ਲੈਣੇ ਦੇਣੇ ਹਮੇਸ਼ਾ ਇਸ ਤਰ੍ਹਾਂ ਮੁਕੱਦਰ ਹੁੰਦੇ ਨੇ। ਔਰ ਜਨਾਬ ਅੱਜ ਦਾ ਇਹ ਰਿਕਾਰਡ ਹੈ, ਇਨਸ਼ਾਅੱਲਾ ਵੀਰਾਂ ਦੇ ਸਾਹਮਣੇ ਅਸੀਂ ਵੀਰਾਂ ਨੂੰ ਸ਼ੌਕ ਕਰਵਾਉਣਾ ਹੈ। ਮੱਝ ਦਾ ਇੰਤਹਾ ਦਾ ਖੂਬਸੂਰਤ ਤਰੀਨ ਜਾਨਵਰ ਹੈ। ਔਰ ਜਨਾਬ ਬੜਾ ਕਮਾਲ ਹੈ, ਬੱਚੇ ਨੂੰ ਪਿੱਛੋਂ ਰੇੜੋ ਯਾਰ, ਬੱਚੇ ਚੱਕ ਲੈ ਯਾਰ, ਮੱਝ ਕੱਟਾ ਚੱਕ ਲੈ, ਅੱਗੇ ਲੈ ਕੇ ਜਾਓ, ਉਸ ਵਾਪਸ ਲੈ ਕੇ ਆਓ ਕਿ ਮੱਝ ਦੀ ਪੂਰੀ ਤਸੱਲੀ ਹੋ ਜਾਏ। ਮਾਸ਼ਾਅੱਲਾ ਹਰਨੀ ਵਰਗੀ ਚਾਲ ਮੱਝ ਨੂੰ, ਆਰਾਮ ਨਾਲ ਚੱਲ, ਹਰਨੀ ਵਰਗੀ ਚਾਲ, ਮਾਸ਼ਾਅੱਲਾ ਬੜਾ ਖੂਬਸੂਰਤ ਬਦਨ, ਮਲਮਲ ਦੇ ਕੱਪੜੇ ਵਰਗਾ, ਚੰਗੀ ਜਵਾਨ, ਕੱਢ ਕੱਢ ਪੈਰ ਤੁਰਦੀ ਹੈ ਜਿਵੇਂ ਹਿਰਨੀ ਤੁਰਦੀ ਹੈ। ਬਾਕੀ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਨੇ। ਮੱਝ ਦੀ ਕੁਆਲਿਟੀ ਅਤੇ ਕਲਾਸ ਅਲਹਮਦੁਲਿਲਾ ਹਜ਼ਾਰਾਂ ਮਹੀਂ ਦੇ ਵਿੱਚੋਂ ਕਦੇ ਇਹ ਮਹੀਂ ਮਿਲਦੀਆਂ ਨੇ। ਔਰ ਮਾਸ਼ਾਅੱਲਾ ਮੈਂ ਥਣ ਪਸੰਦ ਕੇ ਵੇਲਾ ਦੇ ਫਜ਼ਲ ਕਰਨ ਨਾਲ ਇੱਥੇ ਰੱਖ ਦਈਏ, ਔਰ ਤੁਸੀਂ ਜਨਾਬ ਮੈਂ ਦੀ ਕੁਆਲਿਟੀ ਅਤੇ ਕਲਾਸ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਅਲਹਮਦੁਲਿਲਾ
ਪੂਰੀ ਤਸੱਲੀ ਨਾਲ ਵੇਖਣਾ, ਪੂਰੀ ਕੁਆਲਿਟੀ ਨਾਲ ਵੇਖਣਾ। ਕੈਮਰਾ ਮੈਂ ਸਭ ਅੱਗੇ ਆ ਜਾਓ, ਮੱਝ ਦੀ ਪਿੱਛੋਂ ਹਾਰ ਹੀ ਸਾਰੀ ਅੱਗੇ ਆ ਜਾਓ, ਤਾਂ ਕਿ ਮੱਝ ਦਾ ਬੂਥੀ ਦਾ ਸਟਾਈਲ ਜਿਹੜਾ, ਬੂਥੀ ਦਾ ਜਿਹੜਾ ਸਟਾਈਲ ਉਹ ਸਾਰਾ ਵਿਖਾ ਸਕੋ। ਮੱਝ ਦੀ ਬੂਥੀ ਨਸਲ ਜ਼ਾਤ ਔਰ ਮੈਂ ਦਾ ਖਾਨਦਾਨ ਜਿਹੜਾ, ਆਰਾਮ ਨਾਲ ਮੈਂ ਇਹਨੂੰ ਤੋਰਨਾ। ਤੁਸੀਂ ਕੈਮਰਾ ਮੈਂ ਸਾਹਿਬ, ਮੈਂ ਸਿਰਫ ਅੱਖਾਂ ਅਤੇ ਮੈਂ ਇਹਦੀ ਨਸਲ ਵਿਖਾਉਣੀ ਹੈ ਕਿ ਮੈਂ ਇਹਦੀ ਅੱਖ ਔਰ ਨਸਲ ਦਾ ਜਿਹੜਾ ਤਈਆਂ ਹੈ, ਮੈਂ ਕਿਹੜੀ ਪੱਧਰ ਹੈ, ਮੈਂ ਇਹਦੇ ਅੱਗੇ ਲੱਤਾਂ ਦਰਮਿਆਨ ਜੇ ਤੁੰਨੀ ਵੀ ਵਿਖਾਉਣੀ ਹੈ, ਕੌਲੀ ਵੀ ਵਿਖਾਉਣੀ ਹੈ, ਅਗਰ ਨਿਸ਼ਾਨ ਨਜ਼ਰ ਆ ਜਾਏ, ਮੱਝ ਦੀਆਂ ਅਸੀਲਤਾਂ ਵੀ ਵਿਖਾਉਣੀਆਂ ਨੇ, ਕਿਹਦੀ ਅਸੀਲ ਹੈ, ਮੱਝ ਦੀ ਖੂਬਸੂਰਤੀ ਵਿਖਾਉਣੀ ਹੈ ਕਿ ਮੱਝ ਖੂਬਸੂਰਤ ਕਿੰਨੀ ਹੈ। ਹਰ ਚੀਜ਼ ਕੈਮਰੇ ਦੇ ਵਿੱਚ ਅਯਾ ਹੋਣੀ ਚਾਹੀਦੀ ਹੈ ਕਿ ਮੱਝ ਦੀ ਅੱਖ ਦਾ ਤਈਨ ਕਰਨਾ, ਆਰਾਮ ਨਾਲ ਆਰਾਮ ਨਾਲ ਤੁਸੀਂ ਖੜ੍ਹੇ ਰਹੋ, ਮੈਂ ਇਹਨੂੰ ਆਰਾਮ ਨਾਲ ਟੁਰਨ ਦਿਓ, ਤਾਂ ਕਿ ਮੱਝ ਦੀ ਪੂਰੀ ਤਸੱਲੀ ਹੋ ਜਾਏ, ਅੰਗ ਅੰਗ ਦੀ ਤਸੱਲੀ ਹੋ ਜਾਏ, ਪੂਰੇ ਲੈਵਲ ਹੋ ਜਾਣ, ਪੂਰੇ ਲੈਵਲ ਹੋਣਗੇ ਅਤੇ ਮੱਝ ਦੀ ਕੁਆਲਿਟੀ ਦਾ ਪਤਾ ਲੱਗਣਾ। ਮੱਝ ਦੀ ਮਾਸ਼ਾਅੱਲਾ ਨਸਲ ਅਤੇ ਕੁਆਲਿਟੀ ਅਤੇ ਹਰ ਚੀਜ਼ ਅਲਹਮਦੁਲਿਲਾ ਇੱਕ ਤੋਂ ਇੱਕ ਵੱਧ ਹੀਰਾ ਇਨਸ਼ਾਅੱਲਾ ਆਪਣਾ ਦੇਸ਼ ਪੰਜਾਬ ਟੀ ਵੀ ਵਿਖਾ ਰਿਹਾ ਔਰ ਇਨਸ਼ਾਅੱਲਾ ਲੋਕਾਂ ਨੂੰ ਸ਼ੌਕ ਕਰਵਾ ਰਿਹਾ। ਨੀਲੀ ਦਾ ਅੱਛਾ ਲਓ ਪੈੜਾ ਪਾਓ, ਇਨਸ਼ਾਅੱਲਾ ਕੁਆਲਿਟੀ 'ਤੇ ਕਦੇ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਦੇ, ਅਸੀਂ ਵੀਰਾਂ ਨੂੰ ਨਾਇਆਬ ਨੀਲੀ ਦੇ ਹੀਰੇ ਸ਼ੌਕ ਕਰਵਾਉਣੇ ਔਰ ਇਨਸ਼ਾਅੱਲਾ ਅੱਲਾ ਦੇ ਫਜ਼ਲ ਓ ਕਰਮ ਨਾਲ ਖੂਬਸੂਰਤ ਤਰੀਨ ਜਾਨਵਰ, ਦੁਨੀਆ ਦੇ ਖੂਬਸੂਰਤ ਤਰੀਨ ਜਾਨਵਰ ਇੱਕ ਤੋਂ ਇੱਕ ਵੱਧ ਕੱਢ ਕੇ ਨੀਲੀ ਬਾਗ ਦੇ ਵਿੱਚ ਹੀਰਾ ਵੀਰਾਂ ਦਾ ਸ਼ੌਕ ਕਰਵਾਉਣੇ ਆ। ਬਾਕੀ ਲੈਣੇ ਦੇਣੇ ਮੁਕੱਦਰ ਨੇ ਬਿਹਤਰ ਤਰੀਕੇ ਨਾਲ, ਔਰ ਇਨਸ਼ਾਅੱਲਾ ਅੰਟੀਕ ਜਾਨਵਰ ਜਿਹੜੇ ਨੇ ਹਮੇਸ਼ਾ ਆਪਣਾ ਦੇਸ਼ ਪੰਜਾਬ ਟੀ ਵੀ ਵੀਰਾਂ ਨੂੰ ਸ਼ੌਕ ਕਰਵਾਉਂਦਾ। ਮਜ਼ੀਦ ਗੱਲਾਂ ਸਾਰੀਆਂ ਅਸੀਂ ਮਾਲਕ ਨਾਲ ਕਰਨੀਆਂ ਨੇ। ਮੂੰਹ ਦੀ ਬੋਲੀ ਹੈ, ਹਾਂ ਮੂੰਹ 'ਚ ਬੋਲੀ ਹੈ, ਮੂੰਹ 'ਚ ਬੋਲੀ ਹੈ, ਇੱਥੇ ਆਓ ਵਿੱਚ ਮੈਦਾਨ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ, ਕੀ ਹਾਲ ਚਾਲ ਨੇ ਜੀ? ਅਲਹਮਦੁਲਿਲਾ, ਖੈਰੀਅਤ ਹੈ? ਕਰਮ ਸੁਨੇਲਾ, ਠੀਕ ਠਾਕ ਹੋ ਜੀ? ਕਰਮ ਸੁਨੇਲਾ। ਅੱਜ ਸਾਹਿਬ ਮੱਝ ਵਿਖਾਈਏ ਜੀ ਜੀ, ਕਿਨਵੇਂ ਸੂ? ਦੂਸਰੇ ਜੀ। ਹਾਜੀ ਫਿਆਜ਼ ਨਾਮ ਹੈ ਨਾ ਜੀ? ਜੀ ਹਾਜੀ ਫਿਆਜ਼ ਸਾਹਿਬ ਨੇ ਜਨਾਬ, ਸਾਡੀ ਵੀਡੀਓ ਦਾ ਹਮੇਸ਼ਾ ਲੋਕਾਂ ਦੇ ਕੁਐਸਚਨ ਹੁੰਦੇ ਨੇ, ਹਮੇਸ਼ਾ ਵੀਰਾਂ ਦੀ ਇਹ ਗੱਲ ਹੁੰਦੀ ਹੈ ਕਿ ਲੋਕੇਸ਼ਨ ਦੱਸਿਆ ਕਰੋ। ਤਹਿਸੀਲ ਆਰੀਵਾਲ ਹੈ, ਜ਼ਿਲ੍ਹਾ ਪਾਕਪਤਨ ਹੈ, ਔਰ ਜਨਾਬ ਜ਼ਿਲ੍ਹਾ ਪਾਕਪਤਨ ਵਿੱਚ ਤਹਿਸੀਲ ਆਰੀਵਾਲ ਦਾ ਜਿੰਨਾ ਨਵਾਈ ਏਰੀਆ ਹੈ ਸਤਲੁਜ ਬਾਰ ਦਾ, ਸਾਡੀ ਸਾਰੀਆਂ ਮੌਜੂਦਾ ਵੀਡੀਓ ਉੱਥੇ 'ਤੇ ਆਉਂਦੀਆਂ ਨੇ। ਆਰੀਵਾਲਾ ਤੋਂ 12-13-14-15 ਕਿਲੋਮੀਟਰ ਰੇਂਜ ਹੈ, 20-50-100 ਵੀ ਹੋ ਸਕਦੀ ਹੈ, ਲੇਕਿਨ ਤੁਸੀਂ ਜਦੋਂ ਜਿਹੜੀ ਮਾਈ ਦੀ ਲੋਕੇਸ਼ਨ ਲਵੋਗੇ ਇਨਸ਼ਾਅੱਲਾ ਤੁਹਾਨੂੰ ਪੂਰੀ ਦਿਆਂਗੇ। ਤੁਸੀਂ ਆਓਗੇ ਇਨਸ਼ਾਅੱਲਾ, ਉਹਦੇ 'ਚ ਇਹ ਨਹੀਂ ਹੋਏਗਾ ਕਿ ਦੱਸਾਂਗੇ 5 ਕਿਲੋਮੀਟਰ ਹੋਵੇਗਾ 50 ਕਿਲੋਮੀਟਰ, ਸਾਰੀਆਂ ਤਕਰੀਬਨ 15-20-25-30-50 ਕਿਲੋਮੀਟਰ ਦੇ ਏਰੀਏ ਦੇ ਵਿੱਚ ਮੱਝਾਂ ਆਉਂਦੀਆਂ ਆਰੀਵਾਲਾ। ਅੱਛਾ ਜੀ, ਹਾਂਜੀ ਫਿਆਜ਼ ਸਾਹਿਬ ਮੱਝ ਕਿਵੇਂ ਸੋਈ? ਦੂਸਰੇ ਕਦੋਂ ਸੋਈ? ਤਕਰੀਬਨ ਅਜੇ 4 ਦਿਨ, 4 ਦਿਨ ਮਗਰ ਕੱਟਾ ਸੋ ਕੱਟਾ ਜੀ। ਹੁਣ ਤਾਂ ਦਾਰਾਂ ਦੀ ਤਸੱਲੀ ਹੋ ਜਾਣੀ ਨਾ ਆਈ ਸਾਹਿਬ ਜੀ, ਇਸ ਤੇ ਮੱਝ ਕੋ ਜਿਹੜੀਆਂ ਦਾਰਾਂ ਆਪਾਂ 2 ਟਾਈਮ ਚੁਆਣੀਆਂ ਹੈ। ਓਕੇ, ਕੁਛ ਆਪਾਂ 4 ਟਾਈਮ ਚੁਆ ਦਿਆਂਗੇ, 4 ਟਾਈਮ, 6 ਟਾਈਮ ਚੁਆ ਦਿਆਂਗੇ, 6 ਟਾਈਮ ਚੁਆ ਦਿਆਂਗੇ, ਖੁੱਲੀ ਗਰੰਟੀ। ਆਈ ਸਾਹਿਬ ਨੇ ਕਮਾਲ ਕਰਤਾ ਜੀ, 6 ਟਾਈਮ ਕੁਛ ਹੋ ਲਵੇ ਕੋਈ ਰੌਲਾ ਨਹੀਂ, ਕੋਈ ਟੈਨਸ਼ਨ, ਪੱਕਾ ਦੁੱਧ ਜਿਹੜਾ ਜਿਹੜਾ ਐਂ ਬਿਲਕੁਲ ਤੋਲਾ ਵੀ ਨਾ ਘਟਿਓ ਕਿ ਇਸ ਟਾਈਮ ਬੋਲੇ ਮੱਝ ਤਕਰੀਬਨ ਇਸ ਟਾਈਮ ਹਾਜ਼ਰ ਮੌਕੇ ਤਕਰੀਬਨ 10-12 ਕਿਲੋ ਬੋਲਾ ਕੱਢ ਦੇਗੀ, ਇੱਕ ਟਾਈਮ ਬੱਚੇ ਨੂੰ ਛੱਡ ਗਏ, ਬੱਚੇ ਨੂੰ ਛੱਡ, ਸਾਰਾ ਦੁੱਧ ਕਿੰਨਾ 14 ਕਿਲੋ ਹੋਏਗਾ ਪੱਕਾ ਖੁੱਲਾ, 7 ਕਿਲੋ ਕੋਈ ਕੰਮ ਨਹੀਂ। ਅਲਹਮਦੁਲਿਲਾ ਅੰਟੀਕ ਕੰਮ ਕਰਨੇ, 1 ਨੰਬਰ ਕੰਮ ਕਰਨੇ, 2 ਨੰਬਰ ਕਦੇ ਨਹੀਂ ਕੀਤੇ, ਔਰ ਇਨਸ਼ਾਅੱਲਾ ਅੱਖ 'ਚ ਅੱਖ ਪਾ ਕੇ ਗੱਲ ਕਰਨੇ ਆ। ਬਾਕੀ ਮਾਈਏ ਜੋੜੇ ਅੱਖ ਨਾਲੇ
ਤੇ ਸੰਗੀ ਦੇ ਯਾਰ ਤਾਂ ਮੁੜ 50 ਫਿਰਦੇ ਨੇ ਔਰ ਇਨਸ਼ਾਅੱਲਾ ਫਿਰਦੇ ਰਹਿਣ। ਆਪਣਾ ਕੀ ਲੈਂਦੇ ਨੇ? ਮੁਹੱਬਤ ਵਾਲਾ ਮੁੱਲ ਕਰਨਾ ਹਜੀ ਫਿਆਜ਼ ਸਾਹਿਬ, ਪਿਆਰ ਵਾਲਾ ਕਰਨਾ ਕਿ ਆਪਣਾ ਹੁਕਮਾਂ 'ਚ ਮੰਗ ਲਵੇ, ਕੋਈ ਲੈ ਲਵੇ ਲੰਮੀਆਂ ਚੌੜੀਆਂ। ਪਹਿਲੇ ਗੱਲ ਇਹ ਹੈ ਕਿ ਨਦੀਮ ਵਿੱਚ ਉਹਨੂੰ ਮੈਂ ਸ਼ੌਂਕ ਨਾਲ ਬੁਲਾਉਣਾ ਹੁੰਦਾ। ਬਿਲਕੁਲ ਇਸ ਤਰ੍ਹਾਂ ਚੰਗੀ ਮੱਝ ਜਾਵੇ ਤਾਂ ਬੁਲਾਉਂਦੇ ਹੋ, ਵਰਨਾ ਕੈਜੂਅਲ ਸਾਰੇ ਲਾਹੌਰ ਜਾਂਦੇ। ਲੰਡੀ ਪੁੱਛੀ ਮੈਂ ਕਹਿੰਦੀ ਮੈਂ ਚੰਗੀ, ਮੈਂ ਹੋਏ ਤੁਹਾਨੂੰ ਸਪੈਸ਼ਲ ਵੀਡੀਓ ਕਰਕੇ ਮੈਂ ਤੁਹਾਡੀ ਬੜੀ ਮਿਹਰਬਾਨੀ, ਤੁਹਾਡੀ ਮੁਹੱਬਤ ਮੁੱਲ ਕਰਦੇ ਰਹੇ। ਮੈਂ 6 ਲੱਖ ਜੀ ਜੀ ਤੁਹਾਡੇ ਨਾਲ ਮੂੰਹ ਪਿਆਰ ਹੈ, ਮੁਹੱਬਤ ਹੈ, ਪੱਕੀ ਗੱਲ ਫੈਨ ਹੈ। ਮੈਂ 5.5 ਲੱਖ ਸਾਢੇ 5 ਇਸ ਮੱਝ ਦਾ। ਹਾਂਜੀ, ਇਹਦੇ ਵਿੱਚ ਕੋਈ 20 ਰਾਜ ਆਏ ਜੀ ਜੀ ਮੁੱਲ ਕਰਾਉਣ ਨੂੰ 6.5-6.75 ਲੇਕਿਨ ਕੋਈ ਭਰਾ ਆ ਜਾਏ ਇਹ 5.5 ਲੱਖ ਰੁਪਇਆ ਤੁਸੀਂ ਡਿਮਾਂਡ ਕਰਦੇ ਪਏ ਜੇ ਸਾਡੇ ਮੂੰਹ ਪਿਆਰ ਨੂੰ ਜੀ। ਬਿਲਕੁਲ ਇਹਦੇ ਵਿੱਚੋਂ ਵੀ ਕੋਈ ਉਹਨੇ ਵੀ ਕੋਈ ਲਾੜ ਪਿਆਰ ਹੋ ਜਾਏ, ਹੋਰ ਬੰਦਾ ਆ ਕੇ ਮੇਰੇ ਕੋਲ ਮੁੱਲ ਪੁੱਛੇ ਤੇ ਮੈਂ 6 ਤੋਂ ਘੱਟ ਕਰ ਵੀ ਨਹੀਂ ਮੁੱਲ ਕਰਦਾ, ਇੱਕ ਵੀ ਨਹੀਂ ਕਰਦਾ, ਨਹੀਂ ਕਰਦਾ। 6 ਲੱਖ ਹੀ ਕਰ, ਪੂਰਾ 6 ਲੱਖ ਕਰ ਲੈ। ਅੱਛੀ ਗੱਲ, ਤੁਹਾਡੇ ਨਾਲ ਪਿਆਰ ਹੈ, ਤੁਹਾਡੀ ਮੁਹੱਬਤ ਹੈ, ਤੁਹਾਡੀ ਸ਼ਫਕਤ ਹੈ। ਲੋਕਾਂ ਤਰ੍ਹਾਂ ਇਹ ਨਹੀਂ ਹੁੰਦਾ ਕਿ ਪਹਿਲੇ ਕੁਝ ਕਰਾਓ ਤੇ ਹੋਵੇ ਬਾਅਦ ਚ ਕੁਝ, ਇਵੇਂ ਨਹੀਂ। 5.5 ਵਿੱਚ ਜਿਹੜਾ ਵੀਰ ਆਇਆ ਕੋ ਚਾਹ ਪਾਣੀ ਮੁਹੱਬਤ ਪਿਆਰ ਰਸਗੁੱਲੇ ਦੇ ਪੈਸੇ ਛੁੱਟਣ ਦਾ ਨਹੀਂ ਵੀ ਹੋਵੇਗਾ, ਨਹੀਂ ਵੀ ਐਂ ਬਸ ਮੂੰਹ ਨਾ ਮੂੰਹ ਲਾ। ਮੈਂ ਕਹਿੰਦਾ ਮੈਂ ਕਿਹੜਾ ਬਰਾ ਜਾਵੇਗਾ, ਇਨਸ਼ਾਅੱਲਾ ਯਾਦ ਕਰੇਗਾ ਔਰ ਤੁਹਾਨੂੰ ਤਾਰੀਫ ਕਰੇਗਾ। ਮੈਂ ਦੀ ਤੇ ਮਾ ਜਾਏ, ਹਾਂਜੀ ਮਾ ਜਾਏ, ਮਾ ਜਾਏ ਪੈਂਦੀ ਨੇ ਭੇਜਿਆ 5.5 ਲੱਖ ਰੁਪਇਆ ਜੀ ਵਿੱਚ ਲੜ ਪਿਆਰ ਹੈ। ਵੀਡੀਓ ਲੱਗੀ ਅੱਛੀ ਇੱਥੇ ਥਾਂ ਐਡਾ ਕਰੇਗੀ, ਇੱਥੇ ਵੀਡੀਓ ਨੂੰ ਲਾਈਵ ਜਿਹੜਾ ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਸਾਡੇ ਨਾਲ ਵੀ ਪਿਆਰ ਕਰਨਾ, ਸਾਡੇ ਵੀਰਾਂ ਨਾਲ ਵੀ ਪਿਆਰ ਕਰਨਾ, ਵੇਖਣ ਵਾਲਿਆਂ ਨਾਲ ਵੀ, ਔਰ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਇਨਸ਼ਾਅੱਲਾ ਵੀਡੀਓ ਬੇਹੱਦ ਪਸੰਦ ਆਏਗੀ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।